ਭਈ ਪ੍ਰਿੰਸ ਜੀ ਸੀਗੇ ਤੇ ਵੀਰਾ ਸੁਲਤਾਨ ਚਬਰ ਡੀਓਪੀ ਤੇ ਹਣੀ ਚਲ ਖਿਆਲਾ ਤੇ ਅਸੀਂ ਅੱਜ ਜਦੋਂ ਇੱਥੇ ਕੁਫਰੀ ਆਏ ਸਾਨੂੰ ਨਹੀਂ ਸੀ ਪਤਾ ਇੱਥੇ ਖਾਣੇ ਦਾਣੇ ਦਾ ਕੀ ਸਿਸਟਮ ਹੈ ਕਿੱਥੇ ਖਾਣੇ ਆ ਕਿਵੇਂ ਖਾਣਾ ਹੈ ਕਿਦਾਂ ਕਿੰਨਾ ਕੁ ਮਹਿੰਗਾ ਹੈ ਕਿਵੇਂ ਰਹਿਣਾ ਅਸੀਂ ਬਾਜੀ ਦੇ ਹੈਵਨ ਮਸ਼ੂਬਿਲਾ ਹੋਟਲ ਦੇ ਵਿੱਚ ਰਹੇ ਹੋਏ ਆ ਤੇ ਬਾਜੀ ਉਹ ਸਾਨੂੰ ਘੁਮਾਉਣ ਵਾਸਤੇ ਲੈ ਕੇ ਆਏ ਇੱਥੇ ਬਾਜੀ ਨੇ ਸਾਨੂੰ ਇੱਥੇ ਇੱਕ ਹੋਟਲ ਰੈਫਰ ਕੀਤਾ ਜਿਹੜਾ ਏ ਬੇਬੇ ਜੀ ਦਾ ਹੋਟਲ ਹੈ ਬਹੁਤ ਵਧੀਆ ਘਰ ਵਰਗਾ ਖਾਣਾ ਬਣਾਉਂਦੇ ਆ ਥਾਲੀ ਸਿਸਟਮ ਜਿਵੇਂ ਆਪਣੇ ਪੰਜਾਬੀ ਲੋਕ ਕਹਿੰਦੇ ਵੀ ਥਾਲੀ ਸਿਸਟਮ ਹੈਗਾ ਬਹੁਤ ਘੈਂਟ ਸਿਸਟਮ ਇਹਨਾਂ ਦਾ ਹਾਂ ਬਾਬਾ ਕੈਫੇ ਬਾਬਾ ਕੈਫੇ ਇਹਨਾਂ ਦਾ ਇੱਥੇ ਮਤਲਬ ਕਿ ਬਣਿਆ ਹੋਇਆ ਹੈ ਜਿਹੜਾ ਹੋਟਲ ਹੈ ਬਹੁਤ ਸੋਹਣਾ ਬਾਕੀ ਪਾਰਕਿੰਗ ਦੇ ਸਾਹਮਣੇ ਤੇ ਬਾਅਦੋਂ ਮੈਂ ਤੁਹਾਨੂੰ ਬਾਹਰਲਾ 뷰 ਦਿਖਾਉਂਗਾ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਬਾਕੀ ਮੈਂ ਇੱਥੋਂ ਦੀ ਲੋਕੇਸ਼ਨ ਵੀ ਦੇਊਂਗਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਇਹਨਾਂ ਦਾ ਨੰਬਰ ਵੀ ਦੇਵਾਂਗਾ ਇੱਥੋਂ ਦਾ ਡਿਸਕ੍ਰਿਪਸ਼ਨ ਦੇ ਵਿੱਚ ਸੋ ਤੁਸੀਂ ਸਾਰੀ ਡਿਸਕ੍ਰਿਪਸ਼ਨ ਪੜ੍ਹ ਕੇ ਤੁਸੀਂ ਇਸ ਹੋਟਲ ਦੇ ਵਿੱਚ ਆਉਣਾ ਜਦੋਂ ਵੀ ਆਉਣਾ ਹੈ ਇੱਥੇ ਹੀ ਆਉਣਾ ਹੈ ਤੇ ਆ ਕੇ ਤੁਸੀਂ 100 ਰੁਪਏ ਦੀ ਥਾਂ ਹਾਂ ਜਦੋਂ ਵੀ ਆਉਣਾ ਹੈ ਕੁਫਰੀ ਤਾਂ ਇੱਥੇ ਖਾਣਾ ਖਾਓ ਤੁਹਾਨੂੰ ਘਰ ਵਰਗਾ ਮਹਿਸੂਸ ਹੋਊਗਾ ਬਿਲਕੁਲ ਜਿਵੇਂ ਤੁਸੀਂ ਆਪਣੇ ਘਰੇ ਖਾਣਾ ਖਾਣੇ ਹੋ ਨਾ ਸਿੰਪਲ ਰੋਟੀ ਦਾਲ ਸਿੰਪਲ ਵਧੀਆ ਕੋਈ ਜ਼ਿਆਦਾ ਮਸਾਲੇ ਨਹੀਂ ਕੋਈ ਜ਼ਿਆਦਾ ਨੂਨ ਮਿਰਚ ਨਹੀਂ ਮਤਲਬ ਇੱਕ ਨੰਬਰ ਦਾ ਖਾਣਾ ਬਿਲਕੁਲ ਪੂਰਾ ਘੈਂਟ ਬਾਕੀ ਬਾਈ ਪ੍ਰਿੰਸ ਦੱਸਣਗੇ ਪ੍ਰਿੰਸ ਜੀ ਦੱਸੋ ਤੁਸੀਂ ਤਾਂ ਕਾਫੀ ਟਾਈਮ ਦੇ ਆਉਣੇ ਓਰੇ ਸਿਖਾਓ ਸਾਰਿਆਂ ਨੂੰ ਐਕਚੁਅਲੀ ਆਹ ਦੇਖੋ ਸਾਹ ਦੇਖ ਰਹੇ ਹੋ ਇਹ ਬੇਬੇ ਜੀ ਇੱਥੇ ਲਿਆ ਕੇ ਧਰ ਦਿੰਦੇ ਆ ਲੋ ਜਿੰਨਾ ਮਰਜ਼ੀ ਖਾਓ ਜੀ ਤੇ ਆਪਾਂ ਕਿਤੇ ਵੀ ਜਾਂਦੇ ਆ ਦਾਲ ਮੱਖਣੀ ਇੰਨੀ ਕੁ ਮਿਲਦੀ ਐ ਸਾਨੂੰ 120 ਰੁਪਏ ਦੀ ਰੋਟੀ 15 ਰੁਪਏ ਦੀ ਮਿਲਦੀ ਐ ਇੱਥੇ ਆਹ ਦੇਖੋ ਇਹ ਖਾਲੀ ਇੱਕ ਚੀਜ਼ ਨਹੀਂ ਐ ਖੜੀ ਵੀ ਰਾਜਮਾ ਵੀ ਉਹ ਆਪਾਂ ਹੁਣ ਵਾਪਸ ਭੇਜਦੇ ਆਹ ਦੇਖੋ ਇਹ ਕੋਲਾ ਪੂਰਾ ਹੀ ਆ ਜਾਂਦਾ ਆਪਣੇ ਕੋਲ ਜੀ ਜਿੰਨਾ ਮਰਜ਼ੀ ਖਾਓ ਅਨਲਿਮਿਟਿਡ ਇਹ ਮੇਨ ਗੱਲ ਹੈ ਪਿਆਰ ਜੀ ਜਿਹੜਾ ਇਹਨਾਂ ਦਾ ਪਿਆਰ ਹੈ ਬਿਲਕੁਲ ਜੀ ਰੋਟੀ ਦੇ ਵਿੱਚ ਆਪਾਂ ਨੂੰ ਮਿਲਦਾ ਹੈ ਉਹ ਜਿਹੜੀ ਫੀਲਿੰਗ ਆਂਦੀ ਹੈ ਉਹ ਆਪਾਂ ਨੂੰ ਕਿਸੇ 3 ਸਟਾਰ ਫੂਡ ਸਟਾਰ ਢਾਬੇ ਤੇ ਨਹੀਂ ਆਂਦੀ ਜੀ ਤਾਂ ਕਰਕੇ ਮੈਂ ਇਹਨਾਂ ਨੂੰ ਧੱਕੇ ਨਾਲ ਖਿੱਚ ਕੇ ਲਿਆ ਆ ਹੁਣ ਟਾਈਮ ਦੇਖੋ 6:30 6:30 ਵਜੇ ਆਪਾਂ ਲੰਚ ਕਰਾਇਆ ਇਹਨਾਂ ਨੂੰ 2 ਘੰਟੇ ਭੁੱਖਾ ਰੱਖਿਆ ਸਿਰਫ ਇਹਨਾਂ ਦੇ ਪਿਆਰ ਦੇ ਜੀ माता जी माता जी जीटमोर की, की, की जी, जी और खाना मिलता है चना पूरी है जी जैसे ये थाली वाला सिस्टम हमने आ, आपने हाँ, हमारे को दिया हाँ। ये, ये क्या सिस्टम है कितने रूपए में थाली देता है सो रूप रूपए की थाली सकता है एक टाइट फुल टाइटी हाँ हाँ जो सब पैकिंग हाँ। <laughs> कोई नहीं हाँ। <laughs> सही बात सही बात ठीक है छो, जो छोटा बच्चा हो अपने साथ उसका कोई चार्ज नहीं अच्छा छोटा बच्चा अपने साथ है ओके okay. हाँ। वो भी है बिल्कुल बिलकुल बहुत बढ़िया एक आंटी कोई नंबर है यहाँ का आपका आप नंबर बोल दो चिरावे एक सौ छियासी पंद्रह नौ सो सतानवे एक बार और बोल दो चिरावे एक सौ छियासी पंद्रह नौ सो सतानवे दोस्तों नंबर नोट कर लो ਤੇ ਲੋਕੇਸ਼ਨ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਜਦੋਂ ਵੀ ਆਉਣੇ ਨੰਬਰ ਵੀ ਤੁਹਾਨੂੰ ਮਿਲ ਗਿਆ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਆਂਟੀ ਨੂੰ ਪਹਿਲਾਂ ਵੀ ਕਹਿ ਸਕਦੇ ਵੀ ਆਂਟੀ 10 ਮਿੰਟ ਚਾਰੇ ਖਾਣਾ ਰੱਖ ਦੋ ਵੈਸੇ ਤਾਂ ਤੁਹਾਨੂੰ ਮੈਨੂੰ ਲੱਗਦਾ ਬੈਠਣ ਦੀ ਲੋੜ ਹੀ ਨਹੀਂ ਇੱਥੇ ਹੋਟਲ ਨਾਲ ਵੱਡੇ ਹੋਟਲ ਵਾਲੀ ਫੀਲਿੰਗ ਤਾਂ ਹੈ ਨਹੀਂ 5 ਮਿੰਟ ਦੇ ਵਿੱਚ ਤੁਹਾਨੂੰ ਅਸੀਂ ਮੇਰਾ خیال ਕਹਿੰਦਾ ਸੀ 5 ਬੰਦਿਆਂ ਨੇ ਖਾਣਾ ਸਾਨੂੰ 5 ਮਿੰਟ ਚ ਤਿਆਰ ਕਰਕੇ ਦੇ ਦਿੱਤਾ ਸੀ ਉਹਨਾਂ ਨੇ ਸਾਨੂੰ ਬਹੁਤ ਵਧੀਆ ਲੱਗਿਆ ਉਹ ਕੈਂਟੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਧੰਨਵਾਦ ਪ੍ਰਿੰਸ ਜੀ ਤੁਹਾਡਾ ਥ ਸਰਲ ਲੱਗਿਆ ਜੀ ਖਾਣਾ ਕਿਵੇਂ ਲੱਗਿਆ ਬਹੁਤ ਵਧੀਆ ਜਮਰਾਤ ਆ ਗਿਆ ਸਵਾਦ ਆ ਗਿਆ ਹੈ ਕਿ ਸੁਲਤਾਨ ਪੂਰਾ ਰੱਜ ਕੇ ਖਾਤਾ ਹੈ ਕਿਵੇਂ ਲੱਗਿਆ ਬਹੁਤ ਆਨੰਦ ਭਈਆ ਦੇ ਰਹਿਣੇ ਸਾਰਾ ਫੇਰ ਸਾਫ ਕਰਤੀ ਓਕੇ ਠੀਕ ਹੈ